ਸਾਡੇ ਧਿਆਨ 'ਚ ਆਇਆ ਤਾਂ ਜਿਹੜਾ ਇਲੀਗਲ ਤਰੀਕੇ ਨਾਲ ਜਿਹੜਾ ਜਿਹੜਾ ਡੰਕੀ ਰੂਟ ਹੈ ਉਹਦੇ ਥਰੂ ਜਿਹੜਾ ਇਲੀਗਲ ਤਰੀਕੇ ਨਾਲ ਜਿਹੜੇ ਹੈਗੇ ਬਾਹਰ ਭੇਜਣ ਵਾਲੇ ਜਿਹੜਾ ਸਾਡੇ ਧਿਆਨ 'ਚ ਆਇਆ ਸੀ ਮੈਟਰ। ਅਸੀਂ ਜਿਹੜਾ ਇਸ ਚੀਜ਼ ਨੂੰ ਚੈੱਕ ਕੀਤਾ ਸੀ ਜਿਹਦੇ 'ਚ ACP ਸੈਂਟਰਲ ਅਤੇ ACP ਕੈਂਟ ਜੀ ਜਿਹੜੇ ਹੈਗੇ ਸਾਡੇ ਜਿਹੜੇ ਅਫਸਰ ਸਾਹਿਬਾਨਾ ਅਤੇ ਜਿਹੜਾ ਹੈਗੇ SHO ਨਵੀਂ ਬਾਬਾਦਰੀ ਤੇ ਉਹਨਾਂ ਨੇ ਇਸ ਚੀਜ਼ ਨੂੰ ਪ੍ਰੋਪਰ ਚੈੱਕ ਕਰਕੇ ਔਰ ਅਸੀਂ ਜਿਹੜਾ ਹੈਗਾ 2-3 ਬੰਦਿਆਂ 'ਤੇ FIR ਦਰਜ ਕੀਤੀ ਹੈਗੀ ਜਿਹਦੇ 'ਚ 2 ਬੰਦੇ ਮੌਕੇ 'ਤੇ ਅਰੈਸਟ ਵੀ ਕੀਤੇ ਹੈਗੇ ਜਿਹਦੇ 'ਚੋਂ 38,86,000 ਰੁਪਏ 86,400 ਦੀ ਜਿਹੜੀ ਰਿਕਵਰੀ ਹੈ ਔਨ ਸਪੋਟ ਰਿਕਵਰੀ ਜਿਹੜੀ ਹੋਈ ਹੈ ਉਹ ਹੋਈ ਹੈ ਉਹ ਤੁਹਾਨੂੰ ਇਸ ਅਸੀਂ ਜਿਹੜਾ ਹੁਣੇ ਦਿਖਾਇਆ ਸੀ। ਬੇਸਿਕਲੀ ਜੋ ਸਾਡੇ ਧਿਆਨ 'ਚ ਆਇਆ ਕਿ ਜਿਹੜਾ ਇਹਨਾਂ ਦਾ ਮੋਡਸ ਓਪਰੈਂਡੀ ਸੀ ਉਹ ਆਹ ਸੀ ਕਿ ਆਹ ਜਿਹੜੇ ਹੈਗੇ US ਅਤੇ ਯੂਰੋਪੀਅਨ ਕੰਟਰੀਜ਼ ਹੈ ਵਾਇਆ ਮੋਰੋਕੋ ਅਤੇ ਕਜ਼ਾਕਿਸਤਾਨ ਯੂਕਰੇਨ ਦੇ ਰਾਹੀਂ ਭੇਜਦੇ ਸੀ ਜਿੱਥੇ ਇਹ ਅਲੱਗ ਅਲੱਗ ਰੂਟ ਯੂਜ ਕਰਦੇ ਸੀ। ਬਾਕੀ ਇਹਨਾਂ 'ਤੇ ਇੱਕ ਬੰਦਾ ਜਿਹੜਾ ਹੈਗਾ ਉਹ ਅਬਸਕੈਂਡਡ ਹੈਗਾ ਉਹ ਪੰਜਾਬ ਤੋਂ ਬਾਹਰ ਹੈਗਾ। ਅਸੀਂ ਉਹਨੂੰ ਜਲਦੀ ਰਾਊਂਡ ਅਪ ਕਰ ਲਿਆਂਗੇ ਔਰ ਅਤੇ ਜੋ ਫਰਦਰ ਇਨਵੈਸਟੀਗੇਸ਼ਨ ਹੈ ਉਹਦੇ 'ਚ ਆਪਾਂ ਜਿਹੜੇ ਸਟੇਟ ਔਰ ਸੈਂਟਰਲ ਦੀ ਜਿਹੜੀ ਸਿਸਟਰ ਏਜੰਸੀਜ਼ ਹੈ ਉਹਨਾਂ ਦੇ ਨਾਲ ਟਾਈ ਅਪ ਕਰਕੇ ਅਸੀਂ ਜਿਹੜਾ ਹੈਗਾ ਇਸ ਨੂੰ ਪੂਰੀ ਇਨਵੈਸਟੀਗੇਸ਼ਨ ਨੂੰ ਅਮਲ ਵਿੱਚ ਲਿਆਵਾਂਗੇ। ਇਹਨਾਂ ਦਾ ਨਾਮ ਇੱਕ ਨਾਮ ਵਿਸ਼ਾਲ ਹੈ, ਇੱਕ ਕਰਨਵੀਰ ਹੈ ਜਿਹੜਾ ਵਿਸ਼ਾਲ ਹੈ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ, ਕਰਨਵੀਰ ਹੈ ਜਲੰਧਰ ਦਾ ਰਹਿਣ ਵਾਲਾ ਹੈਗਾ। ਬਟ ਇਹ ਜਿਹੜੇ ਹੈਗੇ ਉਹਨਾਂ ਉਸੇ ਬੰਦੇ ਦੇ ਨਾਲ ਜਿਹੜੇ ਕੰਮ ਕਰਦੇ ਹੈਗੇ ਇਸ ਕਰਕੇ। ਇਨਵੋਲਵਮੈਂਟ ਹੈਗਾ ਅਸੀਂ ਸਾਰੇ ਜਿਹੜੇ ਪੱਖੋਂ ਆ ਇਹਨਾਂ ਨੇ ਬੜੀ ਡੂੰਘਾਈ ਨਾਲ ਅਸੀਂ ਜਾਂਚ ਕਰਾਂਗੇ ਅਤੇ ਜੋ ਫਰਦਰ ਇਨਵੈਸਟੀਗੇਸ਼ਨ। ਦੇਖੋ ਇਹਦੇ 'ਚ ਬੜਾ ਸਿੰਪਲ ਹੈਗਾ, ਇੱਥੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਹੈਗੇ ਹਿਊਮਨ ਸਮਗਲਿੰਗ ਜੋ ਹਿਊਮਨ ਟ੍ਰੈਫਿਕਿੰਗ ਨੂੰ ਰੋਕਣ ਵਾਸਤੇ ਪਹਿਲਾਂ ਵੀ ਕਦਮ ਉਠਾਏ ਗਏ ਹੈਗੇ। ਤੋ ਮਾਨਯੋਗ CM ਸਾਹਿਬ ਦੇ, DG ਸਾਹਿਬ ਦੇ ਜਿਹੜੇ ਨਿਰਦੇਸ਼ ਸੀ ਉਹ ਪਹਿਲਾਂ ਵੀ ਸੀ ਕਿ ਅਸੀਂ ਜਿਹੜੇ ਪੰਜਾਬ ਦੇ ਲੋਕ ਹੈਗੇ ਉਹਨਾਂ ਨੂੰ ਜਿਹੜੇ ਹੈਗੇ ਗਲਤ ਐਲੀਮੈਂਟਸ ਹੈਗੇ ਜੋ ਗਲਤ ਤਰੀਕੇ ਦੇ ਯੂਜ ਕਰਕੇ ਵਿਦੇਸ਼ ਭੇਜਦੇ ਇਹਨਾਂ ਤੋਂ ਬਚਾਉਣਾ ਹੈ ਤਾਂ ਕਿ ਜਿਹੜਾ ਹੈ ਘੱਟ ਤੋਂ ਘੱਟ ਜਿਹੜੇ ਹੈ ਲੋਕਾਂ ਦੀ ਜ਼ਿੰਦਗੀ ਖਰਾਬ ਹੋਣ। ਤਾਂ ਉਸੇ ਕਰਕੇ ਮਾਨਯੋਗ CP ਸਾਹਿਬ ਦੇ ਨਿਰਦੇਸ਼ ਨੇ ਅਸੀਂ ਜਿਹੜੇ ਹੈਗੇ ਸੋ ਮੋਟੋ ਕਾਰਵਾਈ ਅਸੀਂ ਕੀਤੀ ਹੈ। ਅਸੀਂ ਜਿਹੜਾ ਹੈਗਾ ਇਨਫੋਰਮੇਸ਼ਨ ਤੁਸੀਂ ਪਹੁੰਚਾ ਦਿੱਤੀ ਹੈ ਇਹਨਾਂ ਕੋਲੋਂ ਰਿਕਵਰੀ ਹੋਈ ਹੈ ਇਹ ਰਿਕਵਰੀ ਕਿਸੇ ਨੇ ਇਹਨਾਂ ਨੂੰ ਦਿੱਤੀ ਸੀ ਕਿ ਮੋਸਟ ਲਾਈਕਲੀ ਆਹੀ ਹੈ ਕਿ ਜਿਹੜੇ ਹੈਗੇ ਇਹਨਾਂ ਨੇ ਕਿਸੇ ਬੰਦੇ ਨੂੰ ਬਾਹਰ ਭੇਜਣ ਵਾਸਤੇ ਇਹਨਾਂ ਨੂੰ ਜਿਹੜਾ ਹੈਗਾ ਪੈਸੇ ਲਏ ਸੀ ਕਿਉਂਕਿ ਇਹਨਾਂ ਦੇ ਕੋਲ ਜੋ ਰੂਟ ਯੂਜ ਕਰ ਰਿਹਾ ਬੇਸਿਕਲੀ ਉਹ ਇਲੀਗਲ ਹੈਗਾ। ਠੀਕ ਹੈ, ਤੁਸੀਂ ਕਈ ਵਾਰ ਦੇਖਦੇ ਹੋ ਕਿ ਕਈ ਵਾਰ ਉਹਨਾਂ ਰੂਟਾਂ 'ਚ ਲੋਕਾਂ ਦੀ ਡੈਥ ਵੀ ਹੋ ਜਾਂਦੀ ਨੇ, ਕਾਫੀ ਵਾਰ ਖਬਰ ਆ ਵੀ ਸਾਹਮਣੇ ਆਈ ਹੈ। ਤੋ ਅਸੀਂ ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਵਾਸਤੇ ਅਸੀਂ ਸਾਡਾ ਜਿਹੜਾ ਐਕਸ਼ਨ ਅਸੀਂ ਲਿੱਤਾ ਗਿਆ ਸੀ। ਨਹੀਂ ਨਹੀਂ ਹਾਲੇ ਤੱਕ ਤੋਂ ਅਸੀਂ ਦੇਖੋ ਕਿ ਪਰਚਾ ਇਮੀਡੀਏਟਲੀ ਹੁਣੇ ਦਰਜ ਕੀਤਾ ਹੈ ਤੋ ਹਾਲੇ ਅਸੀਂ ਇਸ ਚੀਜ਼ ਨੂੰ ਸਾਰਾ ਜਿਹੜਾ ਹੈ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਮਲ ਵਿੱਚ ਲਿਆਵਾਂਗੇ ਤਾਂ ਹੀ ਅਸੀਂ ਪ੍ਰੋਪਰ ਇਸ ਚੀਜ਼ ਨੂੰ ਦੇਖ ਸਕਦੇ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਤਾਂਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਣ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਸੰਪਰਕ ਕਰੋ। ਬਾਬਾ ਸੁਲਤਾਨ ਜੀ 98150 50609।